ਮੈਂ ਉੱਚਾ ਨਾ ਲੈ ਜਾਵੀ ਕਿ ਮੈਂ ਤੈਨੂੰ ਭੁੱਲ ਜਾਵਾਂ। ਐਨਾ ਹੇਠਾਂ ਵੀ ਨਾ ਸੁੱਟੀ ਕੱਖਾਂ ਵਿੱਚ ਰੁਲ ਜਾਵਾਂ। ਐਨਾ ਉੱਚਾ ਨਾ ਲੈ ਜਾਵੀ ਕਿ ਮੈਂ ਤੈਨੂੰ ਭੁੱਲ ਜਾਵਾਂ। ਐਨਾ ਹੇਠਾਂ ਵੀ ਨਾ ਸੁੱਟੀ ਕੱਖਾਂ ਵਿੱਚ ਰੁਲ ਜਾਵਾਂ। ਜਿਹੜਾ ਭੁਗਤ ਸਕਾਂ ਮੈਂ, ਜਿਹੜਾ ਭੁਗਤ ਸਕਾਂ ਮੈਂ, ਤੂੰ ਬਿਆਨੇ ਜੋ ਕਰ ਰੱਖੀ। ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋ ਕਰ ਰੱਖੀ। ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋ ਕਰ ਰੱਖੀ, ਸ਼ੁਕਰਾਨੇ ਜੋ ਕਰ ਰੱਖੀ। ਹਰ ਸ਼ੈ ਵਿੱਚ ਵੇਖਾਂ ਤੇਰਾ ਨੂਰ ਹੀ ਸਮਾਇਆ। ਹੋਵੇ ਸਬਰ ਓਨੇ ਚ ਜਿੰਨਾ ਮੇਰੇ ਹਿੱਸੇ ਆਇਆ। ਹੋਵੇ ਸਬਰ ਓਨੇ ਚ ਜਿੰਨਾ ਮੇਰੇ ਹਿੱਸੇ ਆਇਆ। ਹੋ ਮੈਂ ਕਦੇ ਨਾ ਵਿਖਾਵਾ ਹੋ ਕਰੋੜੀ ਭਾਵੇਂ ਲੱਖੀ। ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋ ਕਰ ਰੱਖੀ। ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋ ਕਰ ਰੱਖੀ, ਸ਼ੁਕਰਾਨੇ ਜੋ ਕਰ ਰੱਖੀ। ਪਹਿਲਾਂ ਅੱਜ ਦੀ ਇਸ ਰੰਗਲੀ ਦੁਪਹਿਰ ਦੇ ਵਿੱਚ ਇਸ ਖੁਸ਼ੀਆਂ ਭਰੇ ਮੌਕੇ ਦੇ ਉੱਤੇ ਬਾਟ ਫੈਮਿਲੀ ਦੇ ਨਾਲ ਪਹੁੰਚੇ ਹੋਏ ਰਿਲੇਟਡ ਸਾਰੇ ਸੱਜਣਾ ਦੋਸਤਾਂ ਨੂੰ ਅੱਜ ਦੀ ਇਸ ਮੁਬਾਰਕ ਘੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਵਧਾਈਆਂ, ਕੰਗ੍ਰੈਚੁਲੇਸ਼ਨਸ, ਕਿਉਂਕਿ ਅੱਜ ਉਹਨਾਂ ਪਿਆਰੇ ਪਿਆਰੇ ਬੱਚਿਆਂ ਦਾ ਸੋ ਬਰਥਡੇ, ਜਨਮ ਦਿਨ, ਛਟੀ ਮਨਾਉਣ ਵਾਸਤੇ ਆਪਾਂ ਇਸ ਬਹੁਤ ਹੀ ਪਿਆਰੇ ਮਾਹੌਲ ਦੇ ਵਿੱਚ ਪਹੁੰਚੇ ਹਾਂ। ਸੋ ਸਭ ਤੋਂ ਪਹਿਲਾਂ ਇਹ ਬੱਚਿਆਂ ਦੇ ਨਾਂ ਦੇ ਉੱਤੇ ਇੱਕ ਵਾਰੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ। ਜਿੰਨੇ ਵੀ ਸਾਕ ਸੰਬੰਧੀ ਰਿਸ਼ਤੇਦਾਰ ਇੱਥੇ ਪਹੁੰਚੇ ਹੋਏ ਨੇ, ਜ਼ੋਰਦਾਰ ਤਾੜੀਆਂ ਇਹਨਾਂ ਬੱਚਿਆਂ ਦੇ ਨਾਂ ਦੇ ਉੱਤੇ। ਸੋ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਕਸੈਸ ਔਰ ਤੰਦਰੁਸਤੀ ਜਿਹੜੀ ਹੈ ਸੋ ਇਹਨਾਂ ਬੱਚਿਆਂ ਨੂੰ ਦੇਵੇ ਮਾਲਕ। ਬਹੁਤ ਬਹੁਤ ਮੁਬਾਰਕਬਾਦ ਹੈ ਇਹਨਾਂ ਬੱਚਿਆਂ ਨੂੰ। ਸੋ ਜੁਗਰਾਜ ਸਿੰਘ, ਏਕਮਵੀਰ ਸਿੰਘ, ਰਣਵੀਰ ਸਿੰਘ ਔਰ ਰਵੀਨਾ ਕੌਰ, ਜੈਸਮੀਨ ਕੌਰ, ਸੋ ਬਹੁਤ ਬਹੁਤ ਮੁਬਾਰਕਾਂ ਇਹਨਾਂ ਬੱਚਿਆਂ ਨੂੰ। ਔਰ ਬਹੁਤ ਬਹੁਤ ਮੁਬਾਰਕਬਾਦ ਹੈ ਇਹਨਾਂ ਦੇ ਪੇਰੈਂਟਸ ਨੂੰ, ਸਰਦਾਰ ਮਨਜੀਤ ਸਿੰਘ ਜੀ ਔਰ ਮਨਦੀਪ ਕੌਰ ਜੀ, ਸਰਦਾਰ ਸੁਖਜਿੰਦਰ ਸਿੰਘ ਜੀ, ਕਮਲਜੀਤ ਕੌਰ ਜੀ ਔਰ ਰਣਜੀਤ ਸਿੰਘ ਜੀ, ਹਰਪ੍ਰੀਤ ਕੌਰ ਜੀ। ਸੋ ਬਹੁਤ ਬਹੁਤ ਮੁਬਾਰਕਾਂ ਜੀ। ਔਰ ਇਹਨਾਂ ਬੱਚਿਆਂ ਦੇ ਗ੍ਰੈਂਡ ਪੇਰੈਂਟਸ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਸਰਦਾਰਨੀ ਚਰਨਜੀਤ ਕੌਰ ਜੀ, ਸਰਦਾਰਨੀ ਕੁਲਵਿੰਦਰ ਕੌਰ ਜੀ, ਬਹੁਤ ਬਹੁਤ ਮੁਬਾਰਕਬਾਦ ਉਹਨਾਂ ਨੂੰ। ਔਰ ਸਰਦਾਰ ਗੁਰਨਾਮ ਸਿੰਘ ਜੀ, ਸਰਦਾਰ ਹਿੰਮਤ ਸਿੰਘ ਜੀ, ਬਹੁਤ ਬਹੁਤ ਮੁਬਾਰਕਾਂ ਜੀ। ਔਰ ਅੰਕਲਸ, ਚਾਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ, ਸਰਦਾਰ ਸੁਰਜੀਤ ਸਿੰਘ ਜੀ ਔਰ ਬਹੁਤ ਬਹੁਤ ਮੁਬਾਰਕਬਾਦ ਹੈ। ਸੋ ਇਹਨਾਂ ਬੱਚਿਆਂ ਦੇ ਫੁੱਫੜਾਂ ਨੂੰ, ਸਰਦਾਰ ਸੁਖਜੀਤ ਸਿੰਘ ਜੀ ਅਟਵਾਲ ਸਾਹਿਬ, ਸਰਦਾਰ ਤਰਸੇਮ ਸਿੰਘ ਜੀ ਗੁਰਾਇਆ
और सरदार कुलविंदर सिंह जी राज साहब और इन बच्चों के डैडी जी उन्होंने फुफड़ों भी बहुत बहुत मुबारकबाद है। सरदार अमृतपाल सिंह जी, सरदार उधम सिंह जी, सो बहुत बहुत मुबारक जी सारा। सो बच्चों का नानका परिवार बहुत बहुत मुबारकबाद है। सरदार गुरचेतन सिंह जी, सरदार रशपाल सिंह जी, सरदार हरनेक सिंह जी, सो बहुत बहुत मुबारक उन्होंने नाल नाल। सो सारा लिदर परिवार, कलेर परिवार बहुत बहुत मुबारकबाद। और स्पेशली रणजीत बाट साहब, सो वो भी तशरीफ फरमा ने इत्थे, सो उन्होंने नाल भी सो सारे फंगा वो गीत और उदे नाल होर बहुत सारे गीत उन्होंने पंजाबियों की चोली दे विच पाए। सो उन्होंने भी बहुत बहुत मुबारक। त्याओ अज दी ही बन जाता है। कहिंदे ने कि काम जदों भी कोई चंगा जिहा शुरू करिए पहला रब का नाम ध्या लईए, सारी सृष्टि का जिहड़ा है जन्मदाता ते रोम रोम विच उसनू वसा लईए। बाठां पिंड दे विच बाठ फैमिली दे नाल गूढ़ियां मुहब्बतां गूढ़ियां सांझा पाउण वास्ते। सो एक बारी सारिआं ने पहला गज बज के कहना वाहिगुरू जी का खालसा। प्यार कीता है, मुहब्बत कीती है। सो जे मूवीज़ की गल करिए कि सूबेदार जोगिंदर सिंह चौहान कह आईआं अख भूआ तो बचा के डुब जाणीए तू भी इश्क दे लुट दी नज़ारे सी। सुचा सूरमा अंग्रेजी वाली मैडम सॉरी कह गई रूम वर्गी मेरे यार प्लाजो लाइट वेट और जट्टा कोका। सो इन सारे गीतों में तुसी मना मुही प्यार दिता है हर पंजाबी ने अपनी। पर्दे में कन्ना विच उदो दोड़े दी मिठास तेरे साहां च सुगंधी तेरे बोलां च मिठास। त्याओ मिठे मिठे बोलां दे नाल पंजाबी मां बोली दा सुपरस्टार गायक ਤੁਹਾਨੂੰ ਇੰਟਰਟੇਨ ਕਰਨ ਲਈ ਮੰਚ ਦੇ ਉੱਤੇ ਆ ਰਿਹਾ ਹੈ। ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਨਾਲ ਕੁਲਵਿੰਦਰ ਬਿੱਲਾ ਜੀ। का खालसा वाहगुरु जी की फतेह। अज साडे छोटे वीर, पंज छोटे वीर जगराज सिंह, ओके दो कुड़ियां भाई जी, और बड़े साल बाद आए ने कनेडा तो। भाई जी कहने 10 साल बाद आएंगे। चलो बहुत बहुत मुबारक भाई जी। शुरुआत करते हैं ज़्यादा गल्ला ना करते हुए, गगनवीर ने जल्दी जाना पता लग गया मैंने। ਬਸ ਦੁੱਖ ਹਾਜ਼ਰੀਆਂ ਲਾ ਕੇ ਉਸ ਤੋਂ ਬਾਅਦ ਫਿਰ ਤੁਸੀਂ ਹਾਜ਼ਰੀ ਲਾ ਲਿਓ, ਫਿਰ ਅਸੀਂ ਚੱਕੀ ਚਲਾਏ ਫਿਰ। ਠੀਕ ਹੈ ਜੀ, ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਦੀ ਸ਼ੁਰੂਆਤ ਤੁਹਾਡੇ ਪਿਆਰ ਦਿੱਤੇ ਸਾਰੇ ਗੀਤਾਂ ਤੋਂ ਇੱਕ ਕਰਕੇ ਹਾਜ਼ਰੀ ਲਾਉਂਦੇ ਜਾਵਾਂਗੇ। ਸਭ ਤੋਂ ਪਹਿਲਾਂ ਮੇਰਾ ਦੇਸ਼ ਹੋਵੇ ਪੰਜਾਬ, ਇੱਕ ਜ਼ੋਰਦਾਰ ਤਾੜੀ ਮਾਰ ਕੇ ਪਲੀਜ਼ ਇਜਾਜ਼ਤ ਦੇ ਦਿਓ। ਥੈਂਕ ਯੂ ਸੋ ਮਚ। Thank you.
ਜੀ ਦੇ ਹੁਕਮ ਦੇ ਉੱਤੇ ਅਸੀਂ ਸਾਰੇ ਛੋਟੇ ਵੀਰ ਪਹੁੰਚੇ ਹਾਂ ਜੀ। ਗੁਰਪ੍ਰੀਤ ਸਾਹਿਬ, ਤੁਹਾਡਾ ਵੀਰ ਸ਼ਿਵਜੋਤ ਬਾਠਾਂ ਵਾਲਾ, ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਹੋ ਮੇਰਾ ਦੇਸ ਹੋਵੇ ਪੰਜਾਬ, ਹੋ ਮੇਰਾ ਦੇਸ ਹੋਵੇ ਪੰਜਾਬ। ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਹੋ ਮੇਰਾ ਦੇਸ ਹੋਵੇ ਪੰਜਾਬ। ਕਈ ਸੂਰਮਿਆਂ ਸਰਦਾਰਾਂ ਦੀ, ਕਈ ਸੂਫੀ ਸੰਤ ਫਕੀਰਾਂ ਦੀ, ਇਹ ਧਰਤੀ ਆਸ਼ਿਕ ਲੋਕਾਂ ਦੀ, ਕਈ ਰਾਂਝੇ ਤੇ ਕਈ ਹੀਰਾਂ ਦੀ। ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਦੁਨੀਆਂ ਨਾ ਫਤਿਹ ਵਤਨ ਦਾ ਨਾ ਫਿਰ ਆਉਂਦਾ ਏ।
सब किस्से ही अपने कटावा मेरे देश दिया भावे दुनिया घूम लिए छड़िए जहान जदों वो मिट्टी वरदना दी चुम लिए सोने मिट्टी वरदना दी चुम लिए हाँ उन्हां दे नाल नाल मनजीत सिंह जी राणा बाट जी कनेडा सुखा बाट जी साढ़े कनेडा तो बहुत सारा माण क्योंकि कहते हैं कि अणखी गभरू पुत पंजाब दे ना रोब किसे दा सहिंदे पर पर बंडदे शाबे प्यार दे मंदे बोल ना मूहों कहिंदे करतारपुरी ओट है सच्चे सतगुर दी ताइयों चढ़दी कला विच रहिंदे से पंजाबी जिथे भी चले जान चढ़दी कला दे विच रहिंदे है और अज सो जिन्हां बच्चियां दा असी ये दिन जिहड़ा है अज सारे रिश्तेदारां दे नाल सांझा कर रहे हैं सो मैं एक बार फिर चाहूंगा कि एक बार जोरदार ताड़ियां बच्चों के नाम के उत्ते होनी चाहिए जोरदार ताड़ियां क्योंकि जमाना थोड़ा बदल गया है सो घर बहुत ही सियाने हैं सो जिहड़े अज धीआं का भी बर्थडे मनाउंदे आ लोहड़ियां पाउंदे आ कहिंदे ने कि धी ते पुत दे विच फर्क नहीं कोई पुत हीरे ने धीआं दुलारियां ने पुत मापियां दी हिक दे साह हुंदे धीआं पग्गां ने इज्जतां न्यारियां ने ਧੀਆਂ ਨਾਲ ਸੰਪੂਰਨ ਪਰਿਵਾਰ ਬਣਦਾ ਬਣਦੀਆਂ ਪੁੱਤਰਾਂ ਨਾਲ ਸਰਦਾਰੀਆਂ ਨੇ ਸ਼ਹੀਦਾਂ ਵਾਲਿਆ ਪੁੱਤ ਨਿਸ਼ਾਨ ਜਗ ਤੇ ਧੀਆਂ ਪੁੱਤਾਂ ਤੋਂ ਵੱਧ ਪਿਆਰੀਆਂ ਨੇ ਸੋ ਆਓ ਇਹ ਬੇਟਿਆਂ ਦਾ ਔਰ ਧੀਆਂ ਦਾ ਜਿਹੜਾ ਇਹ ਦਿਨ ਅਸੀਂ ਮਨਾ ਰਹੇ ਹਾਂ ਸੋ ਇੱਕ ਬਹੁਤ ਵਧੀਆ ਗੱਲ ਹੈ ਸੋ ਇਸ ਗੱਲ ਲਈ ਸਾਰਾ ਬਾਠ ਪਰਿਵਾਰ ਸੋ ਵਧਾਈ ਦਾ ਪਾਤਰ ਹੈ ਸੋ ਸ਼ੁਕਰੀਆ ਮਿਹਰਬਾਨੀ ਆਓ ਗੀਤ ਸੰਗੀਤ ਜਿਹਨਾਂ ਗੀਤਾਂ ਨੂੰ ਤੁਸੀਂ ਪਿਆਰ ਕੀਤਾ ਹੈ ਮੁਹੱਬਤ ਕੀਤੀ ਹੈ ਅਤੇ ਫਨਕਾਰ ਜਿਸ ਫਨਕਾਰ ਦੇ ਨਾਲ ਤੁਸੀਂ ਹਰ ਬੋਲ ਦੇ ਨਾਲ ਮੁਹੱਬਤ ਪਾਈ ਹੈ ਉਹੀ ਪੰਜਾਬੀ ਮਾਂ ਬੋਲੀ ਦਾ ਸੁਪਰ ਸਟਾਰ ਗਾਇਕ ਕੁਲਵਿੰਦਰ ਬਿੱਲਾ ਜੀ ਹਾਂਜੀ ਲਓ ਜੀ ਆਪਾਂ ਮਾਹੌਲ ਹੁਣ ਥੋੜ੍ਹਾ ਨੱਚਣ ਵਾਲਾ ਬਣਾਈਏ ਬਾਰ ਸਾਹਿਬ ਰੈਡੀਓ ਹੋ ਅੱਖ ਭੂਆ ਤੋਂ ਬਚਾ ਕੇ ਆਥਣੇ ਜੇ ਬੜੀ ਅੰਗਰੇਜ਼ੀ ਬੋਲਦੇ ਚੱਟਾ ਕਿਹੜੇ ਖੁੰਜ ਲਾਈ ਹੁੰਦੀ ਆ ਬਿਨਾ ਪਾਣੀਓ ਹੀ ਸੰਗ ਤਲੋ ਜੱਟ ਨੇ ਅੰਗਰੇਜ਼ੀ ਵਾਲੀ ਮੈਡਮ ਟਪਾਈ ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਿਰ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਓਏ ਲਾਈਟ ਵੇਟ ਪੈਰਾਂ ਵਾਸਤੇ ਹਮ ਲੋ ਹੈਵੀ ਹੈਵੀ ਚੰਗ ਰੱਖਣਾ ਓ ਸੇਮ ਦਾਵ ਸੇਮ ਜਗ੍ਹਾ ਓ ਸੇਮ ਟਾਈਮ ਸੇਮ ਜਗ੍ਹਾ ਅਗਲੇ ਉਹ ਦਿਨ ਫੇਰ ਮਰ ਜਾਣੀ ਆ ਕੇ ਛੱਤ ਦੇ ਖੜੀ ਓਏ ਓਏ ਹੋ ਡੀਜੇ ਵੱਜਦਾ ਨੀ ਆਈ ਵਾਲੇ ਖੇਤ ਵਿੱਚ ਹੋਈ ਤੇਰੀ ਹਾਂ ਕਰਕੇ ਲੋ ਜੀ ਅੱਜ ਬਾਕੀ ਨਿਆਈ ਵਾਲੇ ਖੇਤ ਦੇ ਵਿੱਚ ਡੀਜੇ ਲੱਗੇ ਨਿਆਈ ਵਾਲਾ ਖੇਤ ਹੁੰਦਾ ਹੈ ਕਈਆਂ ਨੂੰ ਪਤਾ ਨਹੀਂ ਵੀ ਨਿਆਈ ਵਾਲਾ ਖੇਤ ਕੀ ਹੁੰਦਾ ਨਿਆਈ ਵਾਲਾ ਖੇਤ ਤੋਂ ਜਿਹੜਾ ਆਪਣਾ ਪਿੰਡ ਦੇ ਨਾਲ ਜਿਹੜੀ ਜ਼ਮੀਨ ਹੁੰਦੀ ਹੈ ਉਹਨੂੰ ਸਾਰੇ ਨਿਆਈ ਵਾਲਾ ਖੇਤ ਕਹਿੰਦੇ ਨੇ ਅਤੇ ਬਾਕੀ ਡੀਜੇ ਵੀ ਲੱਗਿਆ ਅਤੇ ਫਿਰ ਮਾਹੌਲ ਵੀ ਬੁਰਾ ਜਿਹਾ ਕਰਿਆ ਮੈਂ ਅੱਜ ਤੋਂ ਹੋਇਆ ਤੇਰਾ ਤੇਰਾ ਕੰਨ ਸੁਣਨਾ ਚਾਹੁੰਦੇ ਨਾ ਤੇਰਾ ਤੇਰਾ ਮੈਨੂੰ ਸੁਪਨੇ ਆਉਂਦੇ ਨੇ ਨੀ ਮੈਂ ਚੜਿਆ ਫਿਰਦਾ ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਣਾ ਦੀ ਜੋ ਆ ਜਾ ਮੇਰੇ ਵੀਰੇ
Yeah.
ਕਰਾਲੀ ਜੇ ਕੋ ਲੱਗਦਾ ਇਸ਼ਾਰਾ ਛੱਡ ਕੇ ਸਟੈਂਡ ਖਾਤਾ ਕੀਤਾ ਟਾਈ ਆਪਣੀ ਚੱਕਣੀ ਨਾ ਪਾੜ ਪਾੜ ਸੁੱਟਦੀਆਂ ਨਗਰਾਂ ਮੈਗਨਟ ਵਾਂਗੂ ਦਿਲ ਖਿੱਚਦੀਆਂ ਨਾ ਕਰੋ ਉਹ ਗੁੱਠੇ ਗਾਠੇ ਛੱਡ ਗੋਰੀਏ ਉਹ ਗੁੱਠੇ ਗਾਠੇ ਛੱਡ ਗੋਰੀਏ ਹੋ ਮੈਂ ਕਦ ਇੱਥੇ ਤੂੰ ਕਹੇਗੀ ਪੰਜਾਬਾ ਤੂੰ ਫਲੈਟ ਵਿੱਚ ਰੈਡੀ ਸ਼ੈਡੀ ਹੋ ਕੇ ਰਹਿੰਦਾ ਮਾਨਸੇ ਦਾ ਜੱਟ ਨੀ ਉਹ ਲੇਬਲ ਲੱਗੀ ਆ ਸਾਡੇ ਉੱਤੇ ਦਾ ਛਪਾਉਣ ਦੇ ਸ਼ੌਂਕੀ ਵੀ ਬੜੇ ਆਉਂਦੀਆਂ ਦੇ ਮੈਚ ਪਾਉਣ ਦੇ ਉਹ ਚੂਚੂ ਮੈਂ ਪਸੰਦ ਡਾਊਟ ਲੈ ਕੇ ਲੱਗ ਲੱਗ ਨੀ ਰੈਡੀ ਸ਼ੈਡੀ ਹੋ ਕੇ ਰਹਿੰਦਾ ਮਾਨਸੇ ਦਾ ਜੱਟ ਨੀ ਬਹੁਤ ਸ਼ੁਕਰੀਆ ਮਿਹਰਬਾਨੀ ਜਿਹੜੀਆਂ ਤਾੜੀਆਂ ਹਲੇ ਤੁਸੀਂ ਸੋਚ ਹੀ ਰਹੇ ਹੋ ਪਹਿਲਾ ਮਸਾਂ ਸਾਡੇ ਵਿਹੜਿਆਂ ਦੇ ਵਿੱਚ ਆਉਂਦੀਆਂ ਸੋ ਰਲ ਮਿਲ ਖੁਸ਼ੀਆਂ ਮਨਾਉਣੀਆਂ ਔਰ ਸਾਰਾ ਬਾਠ ਪਰਿਵਾਰ ਸਾਰੇ ਬਾਠ ਪਰਿਵਾਰ ਵੱਲੋਂ ਨੋਟਾਂ ਦੀ ਬਰਸਾਤ ਹੋਈ ਹੈ ਸ਼ੁਕਰੀਆ ਮਿਹਰਬਾਨੀ ਸੋ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਅਤੇ ਆਓ ਫਿਰ ਗੱਲ ਕਰਦੇ ਹਾਂ ਉਸ ਫਨਕਾਰ ਦੀ ਜਿਸ ਫਨਕਾਰ ਦੇ ਗੀਤਾਂ ਨੂੰ ਤੁਸੀਂ ਪਿਆਰ ਦਿੱਤਾ ਹੈ ਆਸਟ੍ਰੇਲੀਆ ਦੀ ਧਰਤੀ ਤੋਂ ਆ ਕੇ ਇੱਕ ਲੰਮਾ ਸੰਘਰਸ਼ ਜਿਹੜਾ ਉਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਅਤੇ ਉਸ ਤੋਂ ਬਾਅਦ ਫਿਰ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਆਪਣੀ ਇੱਕ ਖਾਸ ਜਗ੍ਹਾ ਜਿਹੜੀ ਬਣਾਈ ਹੈ ਔਰ ਸਾਰੇ ਕੰਮ ਜਾਇਜ਼ ਕਹਿੰਦੇ ਅਸਲਾ ਨਜਾਇਜ਼ ਸੋ ਇਸ ਕਰਕੇ ਅਸਲਾ ਵਾਕਿਆ ਬਿਲਕੁਲ ਨਜਾਇਜ਼ ਹੈ ਅਤੇ ਆਓ ਬਾਪੂ ਦੇ ਫੋਨ ਕਰਕੇ ਜਿਨ੍ਹਾਂ ਨੇ ਸਰਦਾਰੀ ਕੀਤੀ ਉਸ ਫਨਕਾਰ ਨੂੰ ਸੱਦਾ ਦੇਣ ਜਾ ਰਿਹਾ ਸੋ ਜਿੰਨੇ ਵੀ ਸੱਜਣ ਵੇਲੀ ਬੈਠੇ ਨੇ ਕਰੀ ਜ਼ੋਰਦਾਰ ਤਾੜੀਆਂ ਪੰਜਾਬੀਆਂ ਦੇ ਇੱਕ ਹੋਰ ਬਹੁਤ ਹੀ ਬੁਲੰਦ ਆਵਾਜ਼ ਗਗਨ ਕੋਕਰੀ ਜੀ ਅਸਲ 'ਚ ਰੋਮੀ ਭਾਈ ਦੀ ਸਾਊਂਡ ਇਸ ਦਾ ਰੋਮੀ ਸਾਊਂਡ ਅੱਛਾ ਇਹ ਪਰਿਵਾਰ ਹੀ ਆ ਸਾਰਾ ਜਿੰਨਾ ਇੱਥੇ ਕੈਲੀਫੋਰਨੀਆ ਪਾ ਕੇ ਖੜ੍ਹੇ ਆ ਹੁਣ ਸਾਰੇ ਇਹ ਵੀ ਪਰਿਵਾਰ ਨੇ ਉੱਧਰ
ਬੇਲਾ ਵੀਰ ਐਂਡ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ, ਕਿਉਂਕਿ ਉਹ ਜਿਹੜਾ ਬੰਦਾ ਬਾਠ ਆ ਉਹ ਜਦੋਂ ਮੈਂ ਕਨੇਡਾ ਜਾਂਦਾ ਕਈ ਵਾਰੀ ਇੱਕ ਗੱਲ ਦੱਸਦਾ ਵੀ ਕਈ ਵਾਰੀ ਫੋਨ ਕਰਨਾ ਬੰਦਾ ਭੁੱਲ ਜਾਂਦਾ ਕਿਉਂਕਿ ਕਈ ਵਾਰੀ ਤੁਹਾਨੂੰ ਕਾਹਲੀ 'ਚ ਜਾਣਾ ਪੈਂਦਾ, ਤਾਂ ਇਹਦਾ ਇਹੀ ਫੋਨ ਆਉਂਦਾ ਹੁੰਦਾ ਵੀ ਦੁਬਾਰਾ ਪੜ੍ਹਨਾ ਕਿ ਨਹੀਂ ਪੜ੍ਹਨਾ ਕਨੇਡਾ, ਐਤਕੀ ਤਾਂ ਚਲੇ ਜਾਏਗਾ ਪਰ ਦੁਬਾਰਾ ਨਹੀਂ ਆਉਣ ਦਿੰਦਾ। ਅਤੇ ਸੋ ਬਾਠ ਨਾਲ ਇੱਦਾਂ ਦਾ ਆਪਣਾ ਪਿਆਰ ਆ ਜੀ, ਕਿਉਂਕਿ ਭਰਾ ਉਹਦੇ ਨਾਲ ਜ਼ਿੰਦਗੀ ਦੀਆਂ ਕਈ ਚੀਜ਼ਾਂ ਸਾਂਝੀਆਂ ਨੇ ਸਾਡੀਆਂ, ਔਰ ਮੇਰੀ ਗਾਇਕੀ ਦੀ ਸ਼ੁਰੂਆਤ ਜਿਹੜੀ ਉਹ ਵੀ ਬਾਠ ਦੇ ਨਾਲ ਹੀ ਆਲਮੋਸਟ ਹੋਈ ਹੋਈ ਆ। ਸੋ ਮੈਂ 15-20 ਮਿੰਟ ਗਾ ਕੇ ਅਤੇ ਬਿੱਲਾ ਵੀਰ ਬਹੁਤ ਹੀ ਵਧੀਆ ਆਈ ਵਾਜ਼ ਇੰਜੋਇੰਗ ਇਟ, ਮੈਂ ਆਪ ਇੰਜੋਏ ਕਰ ਰਿਹਾ ਸੀ ਉੱਥੇ ਬੈਠਾ, ਐਂਡ ਮੇਰਾ ਜਾਣ ਨੂੰ ਜੀ ਨਹੀਂ ਸੀ ਕਰ ਰਿਹਾ, ਪਰ ਇੱਕ ਕਲਾਕਾਰ ਦਾ ਕਲਾਕਾਰ ਦੀ ਹਾਜ਼ਰੀ ਆਹੀ ਹੁੰਦੀ ਆ ਵੀ ਤੁਸੀਂ ਸਟੇਜ 'ਤੇ ਆਓ ਅਤੇ ਲਾ ਕੇ ਜਾਓ, ਅਤੇ ਮੈਂ ਬਾਠ ਨੂੰ ਪ੍ਰੋਮਿਸ ਕੀਤਾ ਸੀ ਵੀ ਮੈਂ ਆਊਂਗਾ ਕਿਸੇ ਵੀ ਤਰੀਕੇ ਆਪਣੇ ਭਾਈ ਜੀ ਇੱਥੋਂ ਕਰ ਦਿਓ, ਮੇਰੇ ਨਾਲ ਇੰਨੀਅਰ ਮਨੀਟਰ ਵਾਲਾ ਹੋਵੀ ਆ ਉਹ ਮੇਰੇ ਕੋਲ ਹੈ ਨਹੀਂ, ਆਹ ਮਾੜੇ ਜਿਹੇ ਵੋਕਲ ਅਪ ਕਰ ਦਿਓ ਕਿਉਂਕਿ ਉਸ ਤੋਂ ਬਿਨਾਂ ਸਿਸਟਮ ਜਿਹਾ ਬਣਦਾ ਨਹੀਂ ਆਪਣਾ। ਕਿਆ ਬਾਤ ਹੈ, ਸਭ ਤੋਂ ਪਹਿਲਾਂ ਤਾਂ ਬਹੁਤ ਟਾਈਮ ਬਾਅਦ ਮੈਂ ਖੇਤ 'ਚ ਟੈਂਟ ਲੱਗਿਆ ਉੱਥੇ ਜਾ ਰਿਹਾ, ਕਾਫੀ ਟਾਈਮ ਬਾਅਦ ਜਿਹੜੇ ਨਵੀਂ ਚੀਜ਼ ਆ। ਹੁਣ ਸੈਟਰਡੇ ਨਹੀਂ ਬੈਠਦੇ ਕਲੱਬਾਂ ਵਿੱਚ ਜਾ ਕੇ, ਉਹ ਯਾਰ ਬੇਲੀ ਸਾਰੇ ਸੰਗਰਾਂਦ ਵਾਲਿਆਂ, ਉਹ ਪ੍ਰਾਪਤੀ ਨਹੀਂ ਕੋਈ ਜੋ ਗਣਾ ਸਕੀ, ਹਾਂ ਪ੍ਰਾਪਤੀ ਨਹੀਂ ਕੋਈ ਜੋ ਗਣਾ ਸਕੀ, ਹਾਸੇ ਹੁਸੇ ਵਾਲੇ ਸਾਡੇ ਕਾਂਡ ਵਾਲਿਆਂ, ਉਹ ਲੱਭਦੀ ਅਰ ਮੈਂ ਤੇਪੁਰ ਕੁੜੀਆਂ, ਉਹ ਲੱਭਦੀਆਂ ਰਹਿਣ ਚੰਡੀਗੜ੍ਹ ਕੁੜੀਆਂ, ਲੱਭਦੀਆਂ ਰਹਿਣ ਮੈਲਬਨ ਕੁੜੀਆਂ, ਅਸੀਂ ਐਲੇ ਤੋਂ ਟੋਰਾਂਟੋ ਹੋ ਕੇ ਆਓ ਜਾਈਦਾ, ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਉਹ ਜਿੱਦਾਂ ਕਰਦਾ ਹੈ ਕੋਈ ਉਦਾਂ, ਉਹ ਜਿੱਦਾਂ ਕਰਦਾ ਹੈ ਕੋਈ ਉਦਾਂ ਹੋ ਜਾਈਦਾ, ਉਹ ਸਾਰੇ ਕੰਮ ਜੈ ਜੀ ਕੀ ਅਸਲਾ ਨਜੈ, ਤੇਰੇ ਕਰਕੇ ਰਕਾਨੇ ਪੈਂਦਾ ਰੱਖਿਆ, ਉਹ ਜੇ ਕੋਈ ਤੇਰੀ ਥਾਂ ਤੇ ਬੈਠੀ ਹੁੰਦਾ ਠੋਕ ਦੇਣਾ ਸੀ ਥਾਲਾ ਮੈਂ, ਉਹ ਬੰਦਾ ਵੀ ਜੇ ਸਿੱਧਾ ਰਹਿੰਦਾ ਰੱਬ ਨਾਲ ਜੀ, ਉਹ ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚੜ੍ਹਦਾ, ਕਿਸੇ ਦੀ ਗੁੱਡੀ ਚੜੀ ਵੇਖ ਜੈਲਸੀ ਨਾ ਕਰੀਏ, ਉਹ ਜੈਲਸੀ ਦੇ ਨਾਲੋਂ ਚੰਗੀ ਰੀਸ ਕਰੀਏ। ਜਿਹਨਾਂ ਜਿਹਨਾਂ ਨੇ ਜਿੰਨੇ ਵੀ ਸਾਡੇ ਕੈਨੇਡਾ ਅਮੈਰੀਕਾ ਤੋਂ ਸਾਡੇ ਸੱਜਣ ਆਏ ਆ, ਸੋ ਸਾਰਿਆਂ ਦਾ ਵੈਲਕਮ ਆ, ਵਨਸ ਅਗੇਨ ਤਿੰਨ ਭਾਜੀ ਬੈਠੇ ਨੇ ਵੈਲਕਮ, ਐਂਡ ਜਿੰਨੇ ਨੂੰ ਮੈਂ ਨਹੀਂ ਵੀ ਜਾਣਦਾ ਆਏ ਸੰਸੀਅਰਲੀ ਵੈਲਕਮ ਯੂ ਆਲ, ਅਤੇ ਬਾਕੀ ਥੋੜ੍ਹਾ ਜਿਹਾ ਕੰਮ ਹੁਣ ਖਿੱਚ ਕੇ ਰੱਖਦੇ ਆ 15-20 ਮਿੰਟ, ਤੁਸੀਂ ਜਿਹਨਾਂ ਨੇ ਨੱਚਣਾ ਜੀ ਜ਼ਰੂਰ ਆਇਓ। ਉਹ ਸੈਟਰਡੇ ਨਹੀਂ ਬੈਠਦੇ ਕਲੱਬਾਂ ਵਿੱਚ ਜਾਂਦੇ, ਯਾਰ ਬੋਲੀ ਸਾਰੇ ਸੰਗਰਾਂਦ ਵਾਲੇ, ਪ੍ਰਾਪਤੀ ਨਹੀਂ ਕੋਈ ਜੋ ਗਣਾ ਸਕੀਏ, ਹੱਸੇ ਹੁਸੇ ਵਾਲੇ ਸਤਿਕਾਰ ਵਾਲੇ, ਸੱਚਦੇ ਨਹੀਂ ਬੈਠਦੇ ਕਲੱਬਾਂ ਵਿੱਚ ਜਾ ਕੇ, ਯਾਰ ਬੋਲੀ ਸਾਰੇ ਸੰਗਰਾਂਦ ਵਾਲੇ, ਪ੍ਰਾਪਤੀ ਨਹੀਂ ਕੋਈ ਜੋ ਗਣਾ ਸਕੀਏ, ਹੱਸੇ ਹੁਸੇ ਵਾਲੇ ਸਤਿਕਾਰ ਵਾਲੇ, ਲੱਭਦੀਆਂ ਰਹਿਣ ਚੰਡੀਗੜ੍ਹ ਕੁੜੀਆਂ, ਲੱਭਦੀਆਂ ਰਹਿਣ ਚੰਡੀਗੜ੍ਹ ਕੁੜੀਆਂ, ਹੋ
ਰਾਣੀ ਨੀ ਪੱਗ ਬੰਨਦਾ ਜਿਉਣੇ ਮੋੜ ਵਾਲੀ ਨੀ ਨੀਲੇ ਹੇਡ ਗੋੜਾ ਮੁੰਡ ਦੇ ਰਾਣੀ ਨੀ ਪੱਗ ਬੰਨਦਾ ਜਿਉਣੇ ਮੋੜ ਵਾਲੀ ਨੀ ਜਿਹਦੀ ਪੱਚੀਆਂ ਪਿੰਡਾਂ ਚ ਸਰਦਾਰੀ ਨੀ ਕਾਲੀਆਂ ਹੋ ਜਿਹੇ ਪੈਦੀ ਨਾਲੀ ਆਈ ਕਹਿੰਦੇ ਜੀ ਵੀ ਜ਼ਲੂਟ ਉਹਨੂੰ ਮਾਰਦਾ ਕਹਿੰਦੇ ਜੀ ਵੀ ਜ਼ਲੂਟ ਉਹਨੂੰ ਮਾਰਦਾ ਪੈਰਾਂ ਚ ਥਾਣੇਦਾਰ ਬੋਲਦਾ ਅਸੂਲ ਸਾਡਾ ਰਿਹਾ ਮੁੱਢ ਤੋਂ ਉਹ ਕੰਮ ਸਿਰਾ ਲਾਈਦਾ ਜੋ ਵੀ ਕੀਤਾ ਏ ਸ਼ੁਰੂ ਉਹ ਦੇਖਿਆ ਨੀ ਕਿਸੇ ਨੇ ਕਿਸੇ ਚ ਵੜ ਕੇ ਉਹ ਦੇਖਿਆ ਨੀ ਕਿਸੇ ਨੇ ਕਿਸੇ ਚ ਵੜ ਕੇ ਗੱਲਾਂ ਬਾਤਾਂ ਵਿੱਚ ਬੰਦਾ ਟੋ ਜਾਈਦਾ ਹੈ ਉਹ ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ ਕਿਦਾਂ ਕਰਦਾ ਕੋਈ ਨੀ ਦਿਮਾਗ ਸ਼ਤਰੰਜ ਜਾਣਦੇ ਕਿਦਾਂ ਕਰਦਾ ਕੋਈ ਉਹਦਾ ਹੋ ਜਾਈਦਾ ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ ਕਿਦਾਂ ਕਰਦਾ ਕੋਈ ਉਹਦਾ ਹੋ ਜਾਈਦਾ ਅਸਲ 'ਚ ਚੱਕਰ ਇਹ ਆ ਵੀ ਬਿੱਲੇ ਬਾਈ ਹਾਓ ਲੌਂਗ ਮੋਰ ਕੈਨ ਯੂ ਗਿਵ ਮੀ 10 ਮਿੰਟ ਹੋਰ ਫਿਰ ਮੈਂ ਚਲਾ ਜਾਂਦਾ ਠੀਕ ਹੈ ਸੋ ਪੜ ਜਾ ਪੱਕੀ ਗੱਲ ਜਲੰਧਰ ਤੋਂ MLA ਸਾਹਿਬ ਜਗਮੀਤ ਬਰਾੜ ਜੀ ਆਏ ਹੋਏ ਜੀ ਸੋ ਵੈਲਕਮ ਕਰਦੇ ਹਾਂ ਉਹਨਾਂ ਦਾ ਅਸੀਂ ਥੈਂਕ ਯੂ ਜੀ ਥੈਂਕਸ ਅਲੋਨ ਹੋ ਇੱਕ ਖੇਤੀ ਦਾ ਫਿਕਰ ਜਾਂ ਪੜ੍ਹਾਈ ਦਾ ਉਹ ਦੋਵੇਂ ਕੰਮ ਛੱਡ ਕਿਤੇ ਨਹੀਂ ਉਹ ਚਾਹੀਦਾ ਹੋਈ ਕੋਈ ਖੇਤੀ ਦਾ ਫਿਕਰ ਜਾਂ ਪੜ੍ਹਾਈ ਦਾ ਉਹ ਦੋਵੇਂ ਕੰਮ ਛੱਡ ਕਿਤੇ ਨਹੀਂ ਉਹ ਚਾਹੀਦਾ ਉਹ ਇੱਕ ਤੇਰੇ ਨਾਲ ਲਈ ਤਾਈਓ ਛੱਡ ਕੇ ਜੁਰੀ ਵੀ ਉਹ ਇੱਕ ਤੇਰੇ ਨਾਲ ਲਈ ਤਾਈਓ ਛੱਡ ਕੇ ਜੁਰੀ ਵੀ ਹੁਣ ਪਾਉ ਕੁਛ ਡੰਡਿਆਂ ਨੂੰ ਡੱਕਣਾ ਉਹ ਸਾਰੇ ਕੰਮ ਜੈ ਜੀ ਕੀ ਅਸਲਾਨ ਜੈ ਜੋਰ ਕਰ ਤੇਰੇ ਕੰਨ ਪੰਜ ਰੱਖਣਾ ਸਾਰੇ ਕੰਮ ਜੈ ਜੀ ਕੀ ਅਸਲਾਨ ਜੈ ਜੋਰ ਕਰ ਤੇਰੇ ਕੰਨ ਪੰਜ ਰੱਖਣਾ ਸਾਰੇ ਕੰਮ ਜੈ ਜੀ ਕੀ ਅਸਲਾਨ ਜੈ ਜੋਰ ਕਰ ਤੇਰੇ ਕੰਨ ਪੰਜ ਰੱਖਣਾ ਹੀਰ ਦੀ
ਦਾਪੀ ਦੀ ਨਾ ਕੋਲਾ ਵੇ ਬੰਦੂਕ ਦਾ ਛੁੱਟੀ ਆਪ ਦਾਪੀ ਦੀ ਨਾ ਕੋਲਾ ਵੇ
बड़े नचे बड़ी एनर्जी आई मुड़के पता नहीं सुस्त जे हो गए तुसी जिन्ना चिर गाउणा उन्ना चिर तुसी बैठना नहीं है गया। नहीं फिर असीं भी बैठने वाले ही गावांगे फिर बार साहब बाजा लैके आयो माड़ा जा मैं बह के गाउणा क्योंकि बह के देख रहे ना सर आ जा तो मैं नचिए किते च मित्रा मेरे गजरे बोल दे अक भुआ तो बचा के डूब जाई तू भी शिके दे लुट दी नजारे सी नी आ गया यारा दा आ गया यारा दा मैनू फो नी आ गया यारा दा मैनू फो कहिंदा पिंड वाट विच खाड़ा लाउणा आ
आ जा जो मैं नचिए किदे जिमतरा अपना साडा अपना रंजीत बाट हाँ बस मनजीत भाजी सुखा राणा मनजोत वेलकम जी आखदा मेरी मम्मी चरणजीत कौर सारे भाबियां शिरो भाभी हरदीप भाभी हरकीरत अमृत कित्थे आ मेरे गुरु जी ऑन कलाती फ्लोर ते सुभाज फिर की कहंदा भला लो हड्डा लिसदा जापे तू फ्रूट सोहणीए लगे किसे परिदास रूप सोनिए हो देखांगे हुसने की कार करूगा हो पहले तोड़ दी शराब वांगू नितरिया जिते निचार गबरू हलाख की तेना ओए फायदा की पलाजो पाके निकली दा
ਸ਼ਿਵਜੋਤ ਮੁਕਰੇ ਜ਼ਲੁਕਦਾ ਐਨਦਾ ਨਿਰਾਹ ਵਿੱਚ ਵਿਚਰੀਆ ਨਿਕਾਰ ਗੱਭਰੂ ਹਲਾਕ ਕੀ ਤਨਾ ਕੀ ਭਲਾ ਜੋ ਬਾਸ ਨਿਕਲੀ ਨਿਕਾਰ ਗੱਭਰੂ ਹਲਾਕ ਕੀ ਤਨਾ ਕੀ ਭਲਾ ਜੋ ਪਾ ਕੇ ਨਿਕਲੀ ਦਾ ਸਾਰੇ ਮੇਰੇ ਵੀਰ ਜੋਧਾ ਭਾਅ ਜੀ ਬਿੰਦੂ ਜੁੱਪਾ ਸਾਰੇ ਇੱਥੇ ਆ ਜਾ ਮਨਜੋਤ ਮੈਂ ਗਾਉਣ ਲੱਗਾ ਮੈਂ ਬਿੱਲੇ ਭਾਅ ਜੀ ਗੁਜਰਾਤ ਤਲੇ ਭਾਅ ਜੀ ਮੈਂ ਗਾ ਲਵਾਂ ਭਾਅ ਜੀ ਸੱਚੀ ਦੱਸ ਗੁਜਰਾਤ ਤਲੇ ਤੇ ਗੱਲ ਐ ਕਰਦੇ ਮੈਂ ਮੇਰੀ ਜਮੀ ਮੰਨਦਾ ਹੁੰਦਾ ਕਰਨੀ ਤਾਂ ਤੂੰ ਆਪਣੀ ਹੈ ਗੱਲਾਂ ਨੇ ਕਿਹੜੀਆਂ ਕਰਦੇ ਆ ਜਾ ਯਾਰ ਇੱਥੇ ਆ ਜਾ ਜਿੰਨੇ ਵੀ ਮੇਰੇ ਯਾਰ ਦੋਸਤ ਦਵਿੰਦਰ ਦਿਲ ਦਵਿੰਦਰ ਇੱਥੇ ਆ ਸਾਰੇ ਇੱਥੇ ਆ ਜਾ ਪਤਾ ਲੱਗ ਗਿਆ ਵੀ ਬਾਠ ਦੇ ਯਾਰ ਆ ਗਿਆ ਸਾਰੇ ਜੁੱਪਾ ਸਾਰੇ ਇੱਧਰ ਆ ਜਾ ਸਾਡੇ ਚਾਚੇ ਤਾਏ ਸਾਰੇ ਜਾਣੇ ਇੱਥੇ ਮਹਿਫਲ ਵਿੱਚ ਆ ਇੱਥੇ ਆ ਜਾ ਸਾਰੇ ਬੁੱਲੀ ਮੈਂ ਆ ਜਾ ਦੀਪਾ ਜੀ ਆ ਜਾ ਪੈਸੇ ਹੁਣ ਤੜਾ ਕੇ ਚਾਚੀ ਤਾਈ ਕਿੱਥੇ ਸਾਡੀ ਤਾਈ ਪੈਸੇ ਹੈਗੇ ਕਿੱਥੇ ਆ ਦਿਖਾ ਪਹਿਲਾਂ ਮੈਂ ਫੇਕ ਹੋਣਾ ਨਹੀਂ ਮੈਨੂੰ ਪਤਾ ਨਹੀਂ ਇੱਥੇ ਹੈਗੀ ਕਿ ਨਹੀਂ ਹੈਗੇ ਤੈ ਸਟੇਜ ਤੇ ਆਉਣਾ ਮੇਰੇ ਉੱਪਰ ਦੀ ਸਿੱਟਣ ਮੈਂ ਦੇਖਣਾ ਤੇ 2000 ਰੁਪਇਆ ਸਿੱਟਿਆ ਤਾਈ ਨੂੰ ਦਿਓ ਯਾਰ ਕਿੱਥੋਂ ਮਿਲ ਜਾਣੇ ਇਹ ਤਾਈ ਨੇ ਮੈਨੂੰ ਪਤਾ ਫੇਰ ਵੀ ਇਹਨੇ ਕੈਨੇਡਾ ਜੋ ਕੇ ਰੱਖ ਲੈਣੇ ਇਹਨੇ ਲੈ ਜਾਣੇ ਉੱਧਰ ਮੈਨੂੰ ਪਤਾ ਤਾਈ ਫਿਰ ਆ ਜਾ ਸਟੇਜ ਤੇ ਆ ਜਾਓ ਸਾਰੇ ਜਾਣੇ ਇੱਥੇ ਆ ਜਾਓ ਜੀ ਮਹਿਫਲ ਦੇ ਵਿੱਚ ਦੇਖਦੇ ਮਨਜੋਤ ਇੱਥੇ ਹੋ ਜਿਸ ਦਿਨ ਦੀ ਗਰੀਬੀ ਆਈ ਆ ਸੱਜਣਾ ਨੇ ਬੁਲਾਉਣਾ ਛੱਡ ਦਿੱਤਾ ਸੱਜਣਾ ਨੇ ਬੁਲਾਉਣਾ ਛੱਡ ਦਿੱਤਾ ਅੱਗੇ ਤਾਂ ਕਦੀ ਆ ਹੀ ਜਾਂਦੇ ਸੀ ਤੇ ਹੁਣ ਬਿਲਕੁਲ ਆਉਣਾ ਅਸੀਂ ਪੁੱਛਿਆ ਸੱਜਣੋ ਕੀ ਗੱਲ ਹੈ ਬਿਲਾਬਾ ਕਿਤੇ ਸ਼ਿਵਜੋਤ ਭਾਈ ਤੁਸੀਂ ਮੋਹਰੇ ਆ ਜਾਓ ਅਸੀਂ ਪੁੱਛਿਆ ਸੱਜਣੋ ਕੀ ਗੱਲ ਹੈ ਤੁਸੀਂ ਫੇਰਾ ਪਾਉਂਦੇ ਨਹੀਂ ਸਾਡੇ ਪਿੰਡ ਬਾਠਾਂ ਚ ਆਉਂਦੇ ਨਹੀਂ ਉਹ ਮੂੰਹ ਕਮਾ ਕੇ ਇੰਜ ਬੋਲੇ ਕਿ ਅਸੀਂ ਇਸ਼ਕ ਕਮਾਉਣਾ ਬੜੇ ਮਾਸੂਮ ਨੇ ਸਾਜਨ ਸ਼ੈਤਾਨੀ ਕਰ ਹੀ ਜਾਂਦੇ ਨੇ ਤਰੇ ਤੇਰਾ ਤੈਨੂੰ ਨਦੀਆਂ ਦਿਨੇ ਕੁਝ ਡਰ ਹੀ ਜਾਂਦੇ ਨੇ ਕੱਚੇ ਉੱਤੇ ਸੋਹਣੀ ਡੁੱਬੀ ਕੱਚੇ ਉੱਤੇ ਸੋਹਣੀ ਡੁੱਬੀ ਤੇ ਇੰਜ ਬੋਲੀ ਰਾਣਿਆਂ ਜਿਹੜੇ ਕਹਿੰਦੀ ਕੱਚੇ ਹੁੰਦੇ ਨੇ ਉਹ ਖਰ ਹੀ ਜਾਂ ਖਿਡਾਰੀ ਹਰ ਵੀ ਜਾਂਦੇ ਮੈਨੂੰ ਦੱਸ ਕਾ ਬੁਰਜ ਲਾਹੌਰ ਅੰਦਰ ਮੈਨੂੰ ਦੱਸ ਕਾ ਬੁਰਜ ਲਾਹੌਰ ਹੈਲੋ ਹੈਲੋ
बूहे ते किन्नियां मारियां ने नाले दस खां इत्थों दियां इहो खुईयां नाले दस खां इत्थों दियां इहो खुईयां किन्नियां मिठियां ते किन्नियां आरियां ने नाले दसो के इत्थों दियां कुल इट्टां किन्नियां टुट्टियां ते किन्नियां सारियां ने किन्नियां व्याहियां ते किन्नियां कवारियां हो रणजीत वाट मेरा बड़ा प्यारा मित्र जिंदा भी असं कट्ठिया ने बड़िया रौनक लाइया सो ये मेरा अपना ही परिवार है बिल्ला भाई साडे सीनियर आर्टिस्ट आ वड्डे भरा ने सो ਇਹਨਾਂ ਦਾ ਬਹੁਤ ਧੰਨਵਾਦ ਹੈ ਸ਼ੁਭ ਜੋਤ ਹਾਂਜੀ ਆ ਜਾਓ ਸੀਨ ਸੁਣ ਲੈ ਸ਼ਹਿਰ ਲਾਹੌਰ ਅੰਦਰ ਸੀਨ ਸੁਣ ਲੈ ਸ਼ਹਿਰ ਲਾਹੌਰ ਅੰਦਰ ਕੁਝ ਕੁ ਬੂਹੇ ਤੇ ਕੁਝ ਕੁ ਬਾਰੀਆਂ ਨੇ ਜਿਹੜੀਆਂ ਇੱਟਾਂ ਤੇ ਧਰ ਕੇ ਪੈਰੀਆਂ ਸ਼ਕਲੀ ਉਹੀ ਟੁੱਟੀਆਂ ਤੇ ਬਾਕੀ ਸਾਰੀਆਂ ਨੇ ਜਿਹੜੀਆਂ ਖੂਹੀਆਂ ਤੋਂ ਭਰਨ ਮਸ਼ੂਕ ਪਾਣੀ ਜਿਹੜੀਆਂ ਖੂਹੀਆਂ ਤੋਂ ਭਰਨ ਮਸ਼ੂਕ ਪਾਣੀ ਉਹੀ ਮਿੱਠੀਆਂ ਤੇ ਬਾਕੀ ਕਹਿੰਦੇ ਆ ਸਾਨੂੰ ਤੂੰ ਆਈ ਜਾਵੇ ਸਾਨੂੰ
ਕਰੀ ਤੂੰ ਮੇਰੇ ਨੂੰ ਗੱਡੀ ਲੱਗਦੀ ਰੋਲ ਤੇ ਜਾਵੇ ਹਾਂਜੀ ਹੁਣ ਥੋੜੀ ਜੀ ਸੈਟਿੰਗ ਜੀ ਕਰਕੇ ਲੈ ਵਧਾ ਕੇ ਗਾਇਓ ਮੁੰਡੇ ਠੀਕ ਹੈ ਹਾਂਜੀ ਹੋ ਜੀਟੀ ਰੋਡ ਤੇ ਸਾਰੇ ਜਾਣੀਆਂ ਵੱਡੇ ਭਾਜੀ ਭੈਣਾਂ
ਜਿੰਨੇ ਵੀ ਯਾਰ ਦੋਸਤ ਇਸ ਮਹਿਫਲ ਵਿੱਚ ਸ਼ਿਰਕਤ ਕਰਨ ਆਏ ਆ ਪਲੀਜ਼ ਤੇਜ਼ ਮੋਹਰੇ ਆ ਜਾਓ। ਵੱਡੇ ਭਾਜੀ ਸਾਡੇ ਸੁੱਖਾ ਭਾਜੀ ਇਹਨਾਂ ਨੂੰ ਮੈਂ ਇੱਕ ਮਿੰਟ ਲਈ ਮੈਕ ਦੇਣ ਜਾ ਰਿਹਾ ਭਾਜੀ। ਭਾਜੀ ਨਹੀਂ ਮੇਰਾ ਮੈਂ ਭਾਜੀ ਮੈਂ ਦੱਸਿਆ ਮੈਂ ਤੁਹਾਡੇ ਕੋਲੋਂ ਹੈਨਾ ਤਾੜੀ ਮਾਰ ਦਿਓ ਇੱਕ ਵਾਰੀ ਸੁੱਖਾ ਭਾਜੀ ਸਾਡੇ ਬਰਾਜਮਾਨ ਵਿੱਚ ਕੋਹਾ
सोनिया के हालत जेड़ा पुछदा नहीं तू हुण हार गया ओ गोरियां कलाइयां नूं लै दे कंगना ओ सुनिया दे बाहर दा ही टोका ओ गोरियां पैरां नूं कंगना फिर ना तू दबा दे सोता मोरियां पैरां नूं ¡Gracias!
ਅੱਜ ਇਹਨਾਂ ਦੀ ਵੀ ਪੂਰੀ ਤੂਤੀ ਬੋਲਦੀ ਆ, ਇਹਨਾਂ ਦਾ ਕਰਕੇ ਸਾਡੀ ਵੀ ਪੂਰੀ ਬੋਲਦੀ ਆ। ਨੀਡੂ ਕੰਗ ਜੀ ਭਾਜੀ ਵੈਲਕਮ ਜੀਆਂ ਜੀ ਨਾਲ, ਸ਼ੰਕਰੀ ਆ ਸਾਡਾ ਭਾਈ, ਉਹ ਵੀ ਸਾਡੇ ਵਿੱਚ ਬਰਾਜਮਾਨ ਹੋਇਆ, ਥੈਂਕ ਯੂ ਵੈਰੀ ਮਚ। ਬਿੱਲਾ ਭਾਜੀ ਹਾਂਜੀ, ਫਰਮਾਇਸ਼ ਹੋਈ ਆ ਹੋਰ ਗਾਣੇ ਦੀ। ਇੱਕ ਤੇਰੇ ਥੱਲੇ ਵੀ ਫੋੜਿਆ, ਇੱਕ ਮੇਰੇ ਥੱਲੇ ਵੀ ਫੋੜਿਆ, ਉਹ ਬਸ ਫਰਕ ਇੰਨਾ ਇਹ ਖੇਤਾਂ ਵਿੱਚ ਤੇ ਤੇਰੀ ਫੋੜਿਆ ਹੁਣ ਰੋੜਿਆ, ਉਹ ਸਾਡੇ ਸਿਰ ਤੇ ਸ਼ੈਡਾ ਛਤਰੀ ਦੀ ਇੱਧਰ ਸ਼ੇਡ ਕੁੜੇ ਟਾਮ ਫੋੜਿਆ। ਮੇਰੇ
ਸੱਸ ਮੇਰੀ ਨੇ ਮੁੰਡੇ ਜੰਮੇ ਉਹ ਜੰਮ ਜੰਮ ਭਰੀ ਰਸੋਈ।